ਮੇਰਾ ਨਾਂ ਜੀ, ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ। ਕੀ ਕਹਿਣਾ ਚਾਹੁੰਦੇ ਜਿਹੜਾ ਸਾਰਾ ਕੁਝ ਹੋਇਆ ਜੀ? ਇਹ ਬਹੁਤ ਜੀ ਨਿੰਦਣਯੋਗ ਕਾਰਵਾਈ ਹੈ ਸਰਕਾਰ ਦੀ। ਇਹ ਬਹੁਤ ਘਿਨਾਉਣੀ ਹਰਕਤ ਹੈ ਇਹਨਾਂ ਦੀ। ਜਿਹੜੇ ਜੇ ਅਸੀਂ ਇੱਕ ਧਾਰਮਿਕ ਮਾਰਚ, ਜਿਹੜਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ, ਅਕਾਲ ਤਖਤ ਦੇ ਸਹਿਯੋਗ ਨਾਲ ਕਰ ਰਹੇ ਸੀਗੇ, ਅਤੇ ਉਹ ਵੀ ਨਹੀਂ ਹੋਣ ਦੇਣਾ ਚਾਹੁੰਦੇ ਕਿ ਅਸੀਂ ਇੱਕ ਤਾਂ ਲੋਕਾਂ 'ਤੇ ਜ਼ੁਲਮ ਕਰੀਏ, ਜੇ ਜ਼ੁਲਮ ਦੇ ਖਿਲਾਫ਼ ਕੋਈ ਆਵਾਜ਼ ਆਪਣੀ ਕੋਈ ਲੋਕਾਂ 'ਚ ਲੈ ਕੇ ਜਾਣੀ ਚਾਹੁੰਦਾ ਤਾਂ ਉਹਨੂੰ ਵੀ ਬੰਦ ਕਰ ਦਈਏ, ਉਹ ਵੀ ਨਾ ਅਸੀਂ ਕਿਸੇ ਨੂੰ ਮੀਡੀਆ ਨੂੰ ਦਬਾ ਦਈਏ, ਬਾਕੀ ਲੋਕਾਂ ਨੂੰ ਵੀ ਘਰਾਂ 'ਚ ਡਰਾ ਕੇ, ਧਮਾਕਾ ਵਾ ਕੇ ਜਾਂ ਜੇਲ੍ਹਾਂ 'ਚ ਸੁੱਟ ਕੇ ਅਸੀਂ ਉਹ ਆਵਾਜ਼ ਬੰਦ ਕਰ ਦਈਏ, ਉਹ ਵੀ ਨਹੀਂ ਅਸੀਂ ਕਰ ਦੇਣਾ ਚਾਹੁੰਦੇ। ਪੰਜਾਬ ਦੀ ਇਹੋ ਜਿਹੀ ਪੰਜਾਬ ਸਰਕਾਰ ਦੀ ਗੁੰਡਾਗਰਦੀ 'ਤੇ ਉਤਰੀ ਪਈ ਹੈ। ਬਾਬਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਉਸ ਬਾਰੇ? ਉਹ ਵੀ ਗੁਰਮਤਿ ਚੇਤਨਾ ਮਾਰਚ ਨੂੰ ਫੇਲ ਕਰਨ ਵਾਸਤੇ ਜਾਂ ਉਹਨੂੰ ਰੋਕਣ ਵਾਸਤੇ ਕੀਤਾ ਗਿਆ ਸਾਰਾ ਕੁਝ ਜੀ ਡਰਾਮਾ। ਇਹ ਇੱਦਾਂ ਕੀਤੀਆਂ 'ਤੇ ਨਹੀਂ ਕੋਈ ਲੋਕਾਂ ਦੀ ਆਵਾਜ਼ ਦੱਬਦੀ ਹੁੰਦੀ, ਇਹ ਸੀਗੇ ਲੋਕਾਂ ਦੇ ਮਸਲੇ ਹੱਲ ਕੀਤੇ, ਰੋਕਾਂ ਸਹੀ ਹੋਣਾ ਅੱਗੇ ਸਿਸਟਮ। ਇਹ ਤਾਂ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਤੁਲੇ ਹੋਏ ਆ। ਸਰਕਾਰ ਦੀ ਕੀ ਮਨਸ਼ਾ ਲੱਗਦੀ? ਸਰਕਾਰ ਦੀ ਮਨਸ਼ਾ ਬਸ ਇਹੋ ਹੀ ਹੈ ਕਿ ਲੋਕਾਂ ਨਾਲ ਕਿਸੇ ਨਾਲ ਇਨਸਾਫ਼ ਨਹੀਂ ਕਰਨਾ, ਕਿਸੇ ਦੀ ਗੱਲ ਨਹੀਂ ਸੁਣਨੀ। ਲੋਕਾਂ ਨੂੰ ਜੇ ਕੋਈ ਆਵਾਜ਼ ਚੁੱਕਦਾ ਤਾਂ ਉਹਨੂੰ ਜੇਲ੍ਹ 'ਚ ਸੁੱਟ ਦਿਓ ਜਾਂ ਉਹਨੂੰ ਘਰਾਂ 'ਚ ਬੰਦ ਕਰ ਦਿਓ। ਨਹੀਂ, ਅਗਲਾ ਪ੍ਰੋਗਰਾਮ ਤਾਂ ਅਸੀਂ ਹੁਣ ਥੋੜ੍ਹਾ ਟਾਈਮ ਸੋਚ ਵਿਚਾਰ ਕੇ ਆਪਣੇ ਸਹਿਯੋਗੀਆਂ ਨਾਲ ਸਲਾਹ ਗਿਣਤੀ ਕਰਕੇ ਫਿਰ ਦੇਖਾਂਗੇ ਜੀ ਅਗਲਾ ਪ੍ਰੋਗਰਾਮ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜੀ, ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ। ਕੀ ਕਹਿਣਾ ਚਾਹੁੰਦੇ ਜਿਹੜਾ ਸਾਰਾ ਕੁਝ ਹੋਇਆ ਜੀ? ਇਹ ਬਹੁਤ ਜੀ ਨਿੰਦਣਯੋਗ ਕਾਰਵਾਈ ਹੈ ਸਰਕਾਰ ਦੀ। ਇਹ ਬਹੁਤ ਘਿਨਾਉਣੀ ਹਰਕਤ ਹੈ ਇਹਨਾਂ ਦੀ। ਜਿਹੜੇ ਜੇ ਅਸੀਂ ਇੱਕ ਧਾਰਮਿਕ ਮਾਰਚ, ਜਿਹੜਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ, ਅਕਾਲ ਤਖਤ ਦੇ ਸਹਿਯੋਗ ਨਾਲ ਕਰ ਰਹੇ ਸੀਗੇ, ਅਤੇ ਉਹ ਵੀ ਨਹੀਂ ਹੋਣ ਦੇਣਾ ਚਾਹੁੰਦੇ ਕਿ ਅਸੀਂ ਇੱਕ ਤਾਂ ਲੋਕਾਂ 'ਤੇ ਜ਼ੁਲਮ ਕਰੀਏ, ਜੇ ਜ਼ੁਲਮ ਦੇ ਖਿਲਾਫ਼ ਕੋਈ ਆਵਾਜ਼ ਆਪਣੀ ਕੋਈ ਲੋਕਾਂ 'ਚ ਲੈ ਕੇ ਜਾਣੀ ਚਾਹੁੰਦਾ ਤਾਂ ਉਹਨੂੰ ਵੀ ਬੰਦ ਕਰ ਦਈਏ, ਉਹ ਵੀ ਨਾ ਅਸੀਂ ਕਿਸੇ ਨੂੰ ਮੀਡੀਆ ਨੂੰ ਦਬਾ ਦਈਏ, ਬਾਕੀ ਲੋਕਾਂ ਨੂੰ ਵੀ ਘਰਾਂ 'ਚ ਡਰਾ ਕੇ, ਧਮਾਕਾ ਵਾ ਕੇ ਜਾਂ ਜੇਲ੍ਹਾਂ 'ਚ ਸੁੱਟ ਕੇ ਅਸੀਂ ਉਹ ਆਵਾਜ਼ ਬੰਦ ਕਰ ਦਈਏ, ਉਹ ਵੀ ਨਹੀਂ ਅਸੀਂ ਕਰ ਦੇਣਾ ਚਾਹੁੰਦੇ। ਪੰਜਾਬ ਦੀ ਇਹੋ ਜਿਹੀ ਪੰਜਾਬ ਸਰਕਾਰ ਦੀ ਗੁੰਡਾਗਰਦੀ 'ਤੇ ਉਤਰੀ ਪਈ ਹੈ। ਬਾਬਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਉਸ ਬਾਰੇ? ਉਹ ਵੀ ਗੁਰਮਤਿ ਚੇਤਨਾ ਮਾਰਚ ਨੂੰ ਫੇਲ ਕਰਨ ਵਾਸਤੇ ਜਾਂ ਉਹਨੂੰ ਰੋਕਣ ਵਾਸਤੇ ਕੀਤਾ ਗਿਆ ਸਾਰਾ ਕੁਝ ਜੀ ਡਰਾਮਾ। ਇਹ ਇੱਦਾਂ ਕੀਤੀਆਂ 'ਤੇ ਨਹੀਂ ਕੋਈ ਲੋਕਾਂ ਦੀ ਆਵਾਜ਼ ਦੱਬਦੀ ਹੁੰਦੀ, ਇਹ ਸੀਗੇ ਲੋਕਾਂ ਦੇ ਮਸਲੇ ਹੱਲ ਕੀਤੇ, ਰੋਕਾਂ ਸਹੀ ਹੋਣਾ ਅੱਗੇ ਸਿਸਟਮ। ਇਹ ਤਾਂ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਤੁਲੇ ਹੋਏ ਆ। ਸਰਕਾਰ ਦੀ ਕੀ ਮਨਸ਼ਾ ਲੱਗਦੀ? ਸਰਕਾਰ ਦੀ ਮਨਸ਼ਾ ਬਸ ਇਹੋ ਹੀ ਹੈ ਕਿ ਲੋਕਾਂ ਨਾਲ ਕਿਸੇ ਨਾਲ ਇਨਸਾਫ਼ ਨਹੀਂ ਕਰਨਾ, ਕਿਸੇ ਦੀ ਗੱਲ ਨਹੀਂ ਸੁਣਨੀ। ਲੋਕਾਂ ਨੂੰ ਜੇ ਕੋਈ ਆਵਾਜ਼ ਚੁੱਕਦਾ ਤਾਂ ਉਹਨੂੰ ਜੇਲ੍ਹ 'ਚ ਸੁੱਟ ਦਿਓ ਜਾਂ ਉਹਨੂੰ ਘਰਾਂ 'ਚ ਬੰਦ ਕਰ ਦਿਓ। ਨਹੀਂ, ਅਗਲਾ ਪ੍ਰੋਗਰਾਮ ਤਾਂ ਅਸੀਂ ਹੁਣ ਥੋੜ੍ਹਾ ਟਾਈਮ ਸੋਚ ਵਿਚਾਰ ਕੇ ਆਪਣੇ ਸਹਿਯੋਗੀਆਂ ਨਾਲ ਸਲਾਹ ਗਿਣਤੀ ਕਰਕੇ ਫਿਰ ਦੇਖਾਂਗੇ ਜੀ ਅਗਲਾ ਪ੍ਰੋਗਰਾਮ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜੀ, ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ। ਕੀ ਕਹਿਣਾ ਚਾਹੁੰਦੇ ਜਿਹੜਾ ਸਾਰਾ ਕੁਝ ਹੋਇਆ ਜੀ? ਇਹ ਬਹੁਤ ਜੀ ਨਿੰਦਣਯੋਗ ਕਾਰਵਾਈ ਹੈ ਸਰਕਾਰ ਦੀ। ਇਹ ਬਹੁਤ ਘਿਨਾਉਣੀ ਹਰਕਤ ਹੈ ਇਹਨਾਂ ਦੀ। ਜਿਹੜੇ ਜੇ ਅਸੀਂ ਇੱਕ ਧਾਰਮਿਕ ਮਾਰਚ, ਜਿਹੜਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ, ਅਕਾਲ ਤਖਤ ਦੇ ਸਹਿਯੋਗ ਨਾਲ ਕਰ ਰਹੇ ਸੀਗੇ, ਅਤੇ ਉਹ ਵੀ ਨਹੀਂ ਹੋਣ ਦੇਣਾ ਚਾਹੁੰਦੇ ਕਿ ਅਸੀਂ ਇੱਕ ਤਾਂ ਲੋਕਾਂ 'ਤੇ ਜ਼ੁਲਮ ਕਰੀਏ, ਜੇ ਜ਼ੁਲਮ ਦੇ ਖਿਲਾਫ਼ ਕੋਈ ਆਵਾਜ਼ ਆਪਣੀ ਕੋਈ ਲੋਕਾਂ 'ਚ ਲੈ ਕੇ ਜਾਣੀ ਚਾਹੁੰਦਾ ਤਾਂ ਉਹਨੂੰ ਵੀ ਬੰਦ ਕਰ ਦਈਏ, ਉਹ ਵੀ ਨਾ ਅਸੀਂ ਕਿਸੇ ਨੂੰ ਮੀਡੀਆ ਨੂੰ ਦਬਾ ਦਈਏ, ਬਾਕੀ ਲੋਕਾਂ ਨੂੰ ਵੀ ਘਰਾਂ 'ਚ ਡਰਾ ਕੇ, ਧਮਾਕਾ ਵਾ ਕੇ ਜਾਂ ਜੇਲ੍ਹਾਂ 'ਚ ਸੁੱਟ ਕੇ ਅਸੀਂ ਉਹ ਆਵਾਜ਼ ਬੰਦ ਕਰ ਦਈਏ, ਉਹ ਵੀ ਨਹੀਂ ਅਸੀਂ ਕਰ ਦੇਣਾ ਚਾਹੁੰਦੇ। ਪੰਜਾਬ ਦੀ ਇਹੋ ਜਿਹੀ ਪੰਜਾਬ ਸਰਕਾਰ ਦੀ ਗੁੰਡਾਗਰਦੀ 'ਤੇ ਉਤਰੀ ਪਈ ਹੈ। ਬਾਬਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਉਸ ਬਾਰੇ? ਉਹ ਵੀ ਗੁਰਮਤਿ ਚੇਤਨਾ ਮਾਰਚ ਨੂੰ ਫੇਲ ਕਰਨ ਵਾਸਤੇ ਜਾਂ ਉਹਨੂੰ ਰੋਕਣ ਵਾਸਤੇ ਕੀਤਾ ਗਿਆ ਸਾਰਾ ਕੁਝ ਜੀ ਡਰਾਮਾ। ਇਹ ਇੱਦਾਂ ਕੀਤੀਆਂ 'ਤੇ ਨਹੀਂ ਕੋਈ ਲੋਕਾਂ ਦੀ ਆਵਾਜ਼ ਦੱਬਦੀ ਹੁੰਦੀ, ਇਹ ਸੀਗੇ ਲੋਕਾਂ ਦੇ ਮਸਲੇ ਹੱਲ ਕੀਤੇ, ਰੋਕਾਂ ਸਹੀ ਹੋਣਾ ਅੱਗੇ ਸਿਸਟਮ। ਇਹ ਤਾਂ ਪੰਜਾਬ ਦੇ ਹਾਲਾਤ ਖਰਾਬ ਕਰਨ ਵਾਸਤੇ ਤੁਲੇ ਹੋਏ ਆ।
ਸਰਕਾਰ ਦੀ ਕੀ ਮਨਸ਼ਾ ਲੱਗਦੀ? ਸਰਕਾਰ ਦੀ ਮਨਸ਼ਾ ਬਸ ਇਹੋ ਹੀ ਹੈ ਕਿ ਲੋਕਾਂ ਨਾਲ ਕਿਸੇ ਨਾਲ ਇਨਸਾਫ ਨਹੀਂ ਕਰਨਾ, ਕਿਸੇ ਦੀ ਗੱਲ ਨਹੀਂ ਸੁਣਨੀ, ਲੋਕਾਂ ਨੂੰ ਜੇ ਕੋਈ ਆਵਾਜ਼ ਚੁੱਕਦਾ ਤਾਂ ਉਹਨੂੰ ਜੇਲ੍ਹ 'ਚ ਸੁੱਟ ਦਿਓ ਜਾਂ ਉਹਨੂੰ ਘਰਾਂ 'ਚ ਬੰਦ ਕਰ ਦਿਓ। ਨਹੀਂ, ਅਗਲਾ ਪ੍ਰੋਗਰਾਮ ਤਾਂ ਅਸੀਂ ਹੁਣ ਥੋੜ੍ਹਾ ਟਾਈਮ ਸੋਚ ਵਿਚਾਰ ਕੇ ਆਪਣੇ ਸਹਿਯੋਗੀਆਂ ਨਾਲ ਸਲਾਹ ਗਿਣਤੀ ਕਰਕੇ ਫਿਰ ਦੇਖਾਂਗੇ ਜੀ ਅਗਲਾ ਪ੍ਰੋਗਰਾਮ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।